ਰਾਤ ਨੂੰ ਅਸੀਂ ਆਪਣੀ ਸ਼ੋਪ ਬੰਦ ਕਰਕੇ ਆ ਰਹੇ ਸੀ ਤੇ ਦੋ ਲੜਕੇ ਆਏ ਤੇ ਮੈਨੂੰ ਮਤਲਬ ਪਕੜ ਕੇ ਲੈ ਕੇ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਤੇ ਪਿੱਛੇ ਦੇਖ ਰਹੇ ਸੀਗੇ ਤੁਹਾਡੀ ਕੀ ਚੀਜ਼ ਦੀ ਸ਼ੋਪ ਹੈ ਹਾਂ ਜਵੈਲਰੀ ਆਲਟੀਮੇਸ਼ਨ ਕਿੰਨੇ ਦਾ ਰਹਿਣਾ ਸੀ ਹਾਂਜੀ ਫਿਰ ਕਿਹੜੇ ਲੜਕੇ ਸੀ ਲੜਕੀਆਂ ਦੀ ਪਹਿਚਾਣ ਹੈ ਵੈਸੇ ਮੈਂ ਨਹੀਂ ਪਤਾ ਵੀ ਕੌਣ ਹੈਗੇ ਸੀ ਔਰ ਫਿਰ ਇਹ ਪਿੱਛੇ ਦੇਖ ਰਹੇ ਸੀ ਵੀ ਮਤਲਬ ਇਹਨਾਂ ਨੇ ਫਿਰ ਉਹਨਾਂ ਨੂੰ ਰੋਕਿਆ ਵੀ ਇਹ ਕੰਮ ਨਾ ਕਰੋ ਮਾਫ਼ੀ ਮੰਗੋ ਇਹਨਾਂ ਕੋਲੋਂ ਵੀ ਆ ਤੁਸੀਂ ਹਰਕਤ ਗਲਤ ਕੀਤੀ ਆ ਤਾਂ ਕੋਈ ਇਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਪੰਦਰਾਂ ਵੀਹ ਜਣ ਮਤਲਬ ਪਕੜਿਆ ਸੀ ਗਲਤ ਸਰ ਮੈਂ ਨਾ ਆਉਂਦਾ ਪਿਆ ਸੀ ਘਰ ਨੂੰ ਜਾਂਦਾ ਪਿਆ ਜੀ ਭਵਨ ਨਗਰ ਤੋਂ ਤੋ ਇਦਾਂ ਹੀ ਦੋ ਲੜਕੇ ਸੀਗੇ ਤੋ ਇਹਨਾਂ ਨਾਲ ਮਾਰਪੀਟ ਹੁੰਦੀ ਪਈ ਪਹਿਲੇ ਮੈਂ ਪਿੱਛੇ ਆਉਂਦਾ ਪਿਆ ਗੱਡੀ 'ਚ ਤੇ ਉਹਨਾਂ ਨੇ ਇਹਦੀ ਚੈਨ ਚੂਨ ਖੋਣ ਦੀ ਕੋਸ਼ਿਸ਼ ਕੀਤੀ ਪਹਿਲੇ ਤੇ ਮੈਂ ਉਹਨਾਂ ਨੂੰ ਖਿਲਾ ਰਿਹਾ ਛਡਾਇਆ ਛਡਾਇਆ ਤੇ ਉਹ ਉਹਨਾਂ ਦੇ ਘਰ ਘੁਰ ਲੱਗ ਗਏ ਵਾਹਵਾ ਚਾਚੇ ਤਾਏ ਦੇ ਮੁੰਡੇ ਗਏ ਤੇ ਉਹਨਾਂ ਨੇ ਆ ਕੇ ਤੇ ਉਲਟੇ ਮੇਰੇ ਗਲ ਪੈ ਗਏ ਮੇਰੇ ਦਾਤਰ ਮਾਰਿਆ ਸਿਰ 'ਚ ਤੇ ਰਾਡਾ ਰੂਡਾ ਮਾਰੀਆਂ ਕਾਫੀ ਇੱਟਾਂ ਉੱਟਾਂ ਮਾਰੀਆਂ ਪੰਦਰਾਂ ਵੀਹ ਜਣੇ ਗਏ ਮੁੰਦਰੀਆਂ ਲਾਉਣ ਦੀ ਮੇਰੀ ਕੋਸ਼ਿਸ਼ ਕੀਤੀ ਮੁੰਦਰੀਆਂ ਪਾਈਆਂ ਉਹ ਮੈਂ ਨਹੀਂ ਲੱਥ ਦਿੱਤੀਆਂ ਤੇ ਦੂਜੀ ਗੱਲ ਇਹ ਹੈ ਵੀ ਵਾਹਵਾ ਮਾਰ ਕੁੱਟ ਕੀਤੀ ਉਹਨਾਂ ਨੇ ਅਸੀਂ ਕਹਿੰਦੇ ਵੀ ਉਹਨਾਂ ਨੂੰ ਸੌ ਤੋਂ ਸਜ਼ਾ ਦਿੱਤੀ ਗਈ ਆਪਣੀ ਲੜਕੀ ਨਾਲ ਉੱਥੋਂ ਆ ਰਹੀ ਸੀ ਡਿਸਟ੍ਰੀਸ਼ਨ ਪਿੱਛੇ ਨਾ ਦੋ ਤਿੰਨ ਲੜਕੇ ਆਏ ਆਏ ਉਹਨਾਂ ਨੂੰ ਜਫਾ ਮਾਰਿਆ ਅਤੇ ਬਾਅਦ ਵਿੱਚ ਲਾਗੇ ਪਤੇ ਦਸ ਕੁਮਾਰ ਮੁੰਡਾ ਲੰਘਾ ਲਿਆ ਸੀ ਉਹਨੇ ਇਹਨਾਂ ਲੇਡੀ ਕੁਛ ਲਾ ਲਿਆ ਸੱਟਾਂ ਲੱਗੀਆਂ ਉਹਨਾਂ ਨੂੰ ਸੱਟ ਸੁੱਟ ਲੱਗੀ ਉਹਨਾਂ ਐਮਰਾ ਦਿੱਤੀ ਹੈ ਡਾਊਟ ਦਿੱਤਾ ਐਮਰਾ ਉਹਨਾਂ ਦੇ ਸਕੇਟ ਵੱਲ ਲੈ ਕੇ ਲੈ ਲੈਣੀ ਹੈ ਜੋ ਪਰਮਿਟ